ਪੰਜਾਬ ਅਤੇ ਹਿਮਾਚਲ ਦੇ ਵਿੱਚ ਪੈ ਰਹੀ ਭਾਰੀ ਵਰਖਾ ਦੇ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ। ਕਈ ਥਾਵਾਂ ਤੋਂ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਖੱਡਾਂ ਦੇ ਵਿੱਚ ਪੂਰੇ ਉਫਾਨ ਦੇ ਉੱਤੇ ਪਾਣੀ ਨਜ਼ਰ ਆ ਰਿਹਾ ਅਤੇ ਉਸਨੇ ਕਈ ਇਮਾਰਤਾਂ ਅਤੇ ਕਾਫੀ ਇਲਾਕੇ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਹੈ। ਤਾਜ਼ਾ ਤਸਵੀਰਾਂ ਜੇਜੋ ਤੋਂ ਹਨ, ਜਿੱਥੇ ਖੱਡ ਦੇ ਵਿੱਚ ਭਾਰੀ ਪਾਣੀ ਦੇ ਵਿੱਚ ਇੱਕ ਸਵਾਰੀਆਂ ਦੇ ਨਾਲ ਭਰੀ ਹੋਈ ਇਨੋਵਾ ਗੱਡੀ ਫਸ ਗਈ, ਜਿਸ ਦੇ ਵਿੱਚ 10 ਤੋਂ 11 ਜਣੇ ਸਵਾਰ ਸਨ ਅਤੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚੋਂ ਇੱਕ ਵਿਅਕਤੀ ਨੂੰ ਬਚਾਇਆ ਜਾ ਸਕਿਆ ਅਤੇ ਬਾਕੀ ਲਾਪਤਾ ਹਨ। ਹਾਲਾਂਕਿ ਕੁਝ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਵੀ ਖੱਡ ਦੇ ਵਿੱਚੋਂ ਬਰਾਮਦ ਹੋਈਆਂ ਹਨ, ਪਰ ਅਜੇ ਵੀ ਬਹੁਤ ਸਾਰੇ ਲੋਕ ਲਾਪਤਾ ਹਨ ਅਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ 8 ਤੋਂ 9 ਵਿਅਕਤੀਆਂ ਦੀ ਜਿਹੜੀ ਹੈ ਉਹ ਖੱਡ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨੋਵਾ ਚਾਲਕ ਨੇ ਖੱਡ ਦੇ ਵਿੱਚੋਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਖੱਡ ਦੇ ਪਾਣੀ ਦੇ ਵਿੱਚ ਫਸ ਗਿਆ ਅਤੇ ਪਾਣੀ ਦਾ ਬਹਾਵ ਹੋਰ ਜ਼ਿਆਦਾ ਹੋਣ ਦੇ ਨਾਲ ਗੱਡੀ ਵਿੱਚ ਫਸ ਗਈ ਅਤੇ ਸਾਰੀਆਂ ਹੀ ਸਵਾਰੀਆਂ ਵੀ ਵਿੱਚ ਫਸ ਗਈਆਂ, ਜਿਨ੍ਹਾਂ ਤੋਂ ਬਾਅਦ ਇਹ ਹਾਦਸਾ ਵਾਪਰਿਆ। ਅਸੀਂ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਹਾਲਾਤਾਂ ਦੇ ਵਿੱਚ ਬਿਨਾਂ ਕਾਰਨ ਤੋਂ ਕਿਤੇ ਵੀ ਬਾਹਰ ਨਾ ਜਾਇਆ ਜਾਵੇ ਅਤੇ ਨਾ ਹੀ ਖੱਡਾਂ ਦੇ ਵਿੱਚੋਂ ਗੱਡੀਆਂ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਜੀ